ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਹੁਣ ਕੇਂਦਰ ਦੇ ਵਿੱਚ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ 292 ਸੀਟਾਂ ਜਿੱਤਣ ਵਾਲੇ ਐਨਡੀਏ ਗੱਟ ਜੋੜ ਦੀ ਮੂਰਤ ਤੋਂ ਕੇਂਦਰ ਵਿੱਚ ਤੀਜੀ ਸਰਕਾਰ ਬਣਨ ਦੇ ਕਿਆਸ ਸਭ ਤੋਂ ਵੱਧ ਹਨ ਨਰਿੰਦਰ ਮੋਦੀ ਹੀ ਤੀਜੀ ਵਾਰੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਂਚ ਚੁੱਕਣਗੇ ਇਸ ਬਾਰੇ ਹਾਲੇ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਇਸ ਤੋਂ ਪਹਿਲਾਂ ਮੋਦੀ ਸਰਕਾਰ ਦੀ ਸਵੇਰੇ 11:30 ਵਜੇ ਅਖੀਰਲੀ ਬੈਠਕ ਵੀ ਹੋਈ ਕੈਬਨਿਟ ਦੀ ਬੈਠਕ ਵੀ ਹੋਈ ਇਹਦੇ ਵਿੱਚ ਤੀਸਰੀ ਵਾਰੀ ਜਿੱਤ ਨੂੰ ਲੈ ਕੇ ਧੰਨਵਾਦ ਮਤਾ ਪਾਸ ਹੋਇਆ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦ੍ਰੋਪ ਦੀ ਮਰਮੁਣੂ ਮਿਲ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਇਸ ਮੌਕੇ ਪ੍ਰਧਾਨ ਮੰਤਰੀ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਤੇ ਹਰੇ ਰੰਗ ਦੀ ਜੈਕਟ ਪਾਈ ਹੋਈ ਸੀ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਵੀ ਕੀਤੀ ਅਗਲੀ ਸਰਕਾਰ ਬਣ ਤੱਕ ਹਾਲਾਂਕਿ ਪੀਐਮ ਮੋਦੀ ਹੀ ਇਸ ਅਹੁਦੇ ਤੇ ਬਣੇ ਰਹਿਣਗੇ ਐਨਡੀਏ ਦੀ ਅਹਿਮ ਮੀਟਿੰਗ ਦਿੱਲੀ ਦੇ ਵਿੱਚ ਹੋਣ ਦੀ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਮੁਰਤੋਂ ਰਾਸ਼ਟਰਪਤੀ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤੇ ਜਾਣ ਦੀ ਵੀ ਜਾਣਕਾਰੀ ਮਿਲੀ ਦੱਸਿਆ ਜਾ ਰਿਹਾ ਹੈ ਕਿ ਨਿਦੀਸ਼ ਕੁਮਾਰ ਤੇ ਚੰਦਰ ਬਾਬੂ ਨਾਈਡੂ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਰਾਸ਼ਟਰਪਤੀ ਨੂੰ ਮਿਲਣ ਜਾਣਗੇ 8 ਜਾਂ 9 ਜੂਨ ਨੂੰ ਨਰਿੰਦਰ ਮੋਦੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਅਹੁਦੇ ਦੀ ਚੁੱਕ ਸਕਦੇ ਨੇ ਇਹ ਖਬਰਾਂ ਮੀਡੀਆ ਦੇ ਵਿੱਚ ਚੱਲ ਰਹੀਆਂ ਨੇ ਪਰ ਇਹਨਾਂ ਖਬਰਾਂ ਦੇ ਵਿੱਚ ਕਿੰਨੀਕ ਸਚਾਈ ਹੈ ਇਸ ਦਾ ਦਾਵਾ ਅਸੀਂ ਨਹੀਂ ਕਰਦੇ ਪਰ ਕੌਮੀ ਮੀਡੀਆ ਇਸੇ ਤਰ੍ਹਾਂ ਦੀਆਂ ਹੀ ਖਬਰਾਂ ਚਲਾ ਸਕਦਾ ਹੈ ਸਾਡੇ ਅੰਦਾਜ਼ਿਆਂ ਦੇ ਮੁਤਾਬਕ ਹਾਲੇ ਵੀ ਕੁਝ ਵੀ ਉਲਟ ਫੇਰ ਹੋ ਸਕਦਾ ਹੈ ਕਿਉਂਕਿ ਸਿਆਸਤ ਦੇ ਵਿੱਚ ਕਾਫੀ ਦਾ ਪੇਚ ਹੁੰਦੇ ਨੇ ਤੇ ਦੋਵੇਂ ਪਾਰਟੀਆਂ ਬੀਜੇਪੀ ਤੇ ਕਾਂਗਰਸ ਆਪੋ ਆਪਣੀ ਸਰਕਾਰ ਦਮ ਖਮ ਦੇ ਨਾਲ ਬਣਾਉਣ ਦੇ ਲਈ ਕਾਫੀ ਜਿਹੜਾ ਹੈਗਾ ਵਿਚਾਰ ਚਰਚਾ ਕਰ ਰਹੀਆਂ ਨੇ ਕੁਝ ਆਪੋ ਆਪਣੇ ਪ੍ਰਬੰਧ ਕਰ ਰਹੀਆਂ ਨੇ ਮੋਦੀ ਸਰਕਾਰ 2 ਦਾ ਆਖਰੀ ਡਿਨਰ ਰਾਸ਼ਟਰਪਤੀ ਭਵਨ ਦੇ ਵਿੱਚ ਤੈਅ ਕੀਤਾ ਗਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮੋਦੀ ਨੇ ਆਪਣਾ ਅਸਤੀਫਾ ਦੁਪਹਿਰੇ 2 ਵਜੇ ਸੌਂਪਿਆ ਸੀ ਉਸ ਤੋਂ ਪਹਿਲਾਂ ਕੈਬਨਿਟ ਦੀ ਆਖਰੀ ਬੈਠਕ ਵੀ ਹੋਈ ਜਿਸ ਵਿੱਚ 17ਵੀਂ ਲੋਕ ਸਭਾ ਨੂੰ ਭੰਗ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਦੀ ਮਿਆਦ 16 ਜੂਨ ਤੱਕ ਹੈ ਖਬਰ ਇਹ ਵੀ ਚੱਲਦੀ ਹੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਤ ਦੀ ਰੋਟੀ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਐਨਡੀਏ ਦੀ ਸਰਕਾਰ ਬਣਾਉਣ ਦਾ ਪ੍ਰਸਤਾਵ ਵੀ ਦੇ ਸਕਦੇ ਨੇ ਸ਼ਾਮ ਨੂੰ 6 ਵਜੇ ਇੰਡੀਆ ਗੱਠਜੋੜ ਨੇ ਵੀ ਮੀਟਿੰਗ ਸੱਦੀ ਜਿਸ ਵਿੱਚ ਸ਼ਾਮਲ ਹੋਣ ਲਈ ਉਦਵ ਠਾਕਰੇ ਸ਼ਰਦ ਪਵਾਰ ਖਲੇਸ਼ ਯਾਦਵ ਤੇ ਤੇਜਸਵੀ ਯਾਦਵ ਦਿੱਲੀ ਪਹੁੰਚੇ ਐਨਡੀਏ ਗੱਠਜੋੜ ਦੀ ਮੀਟਿੰਗ ਸ਼ਾਮ ਨੂੰ 4 ਵਜੇ ਸ਼ੁਰੂ ਹੋਈ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ 240 ਸੀਟਾਂ ਹੀ ਮਿਲੀਆਂ ਨੇ ਤੇ ਬਹੁਮਤ ਤੋਂ ਇਹ ਅੰਕੜਾ 32 ਸੀਟਾਂ ਦੂਰ ਹੈ ਹਾਲਾਂਕਿ ਐਨਡੀਏ ਨੇ 292 ਸੀਟਾਂ ਨਾਲ ਬਹੁਮਤ ਜ਼ਰੂਰ ਹਾਸਲ ਕਰ ਲਿਆ ਯਾਨੀ ਕਿ ਕੱਲੀ ਬੀਜੇਪੀ ਸਰਕਾਰ 240 ਤੇ ਰਹਿ ਗਈ ਹੈ ਕੱਲੀ ਬੀਜੇਪੀ ਸਰਕਾਰ ਹਾਰ ਗਈ ਹੈ ਕੱਲੀ ਕਾਂਗਰਸ ਪਾਰਟੀ ਵੀ ਹਾਰ ਗਈ ਹੈ ਹੁਣ ਜੇ ਇਹ ਸਰਕਾਰ ਬਣਾਉਣ ਗਿਆ ਤਾਂ ਗੱਠ ਜੋੜ ਭਾਈਵਾਲਾਂ ਦੇ ਨਾਲ ਮਿਲ ਕੇ ਹੀ ਬਣਾਉਣ ਗਿਆ ਇਸ ਦੌਰਾਨ ਸਵੇਰੇ-ਸਵੇਰੇ ਇੱਕ ਤਸਵੀਰ ਅਤੇ ਵੀਡੀਓ ਨੇ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਆਰ ਜੀ ਡੀ ਦੇ ਤੇਜਸਵੀ ਯਾਦਵ ਇੱਕ ਹੀ ਹਵਾਈ ਜਹਾਜ਼ ਦੀ ਅਗਲੀ ਤੇ ਪਿਛਲੀ ਸੀਟ ਤੇ ਬਹਿ ਕੇ ਦਿੱਲੀ ਨੂੰ ਆ ਰਹੇ ਸੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨਿਤਿਸ਼ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨ ਲੱਗੇ اٹਕਲਾ ਸਨ ਕਿ 12 ਸੀਟਾਂ ਜਿੱਤਣ ਵਾਲੇ ਨਿਤਿਸ਼ ਸ਼ਾਇਦ ਮੁਰਤੋਂ ਕੋਈ ਸਿਆਸੀ ਖੇਡ ਖੇਡਣ ਲੱਗੇ ਨੇ ਹਾਲਾਂਕਿ ਉਹਨਾਂ ਦੀ ਪਾਰਟੀ ਦੇ ਆਗੂਆਂ ਕੇਸੀ त्याਗੀ ਨੇ ਸਾਫ਼ ਕੀਤਾ ਕਿ ਅਸੀਂ ਐਨ ਡੀ ਆ ਦੇ ਵਿੱਚ ਹੀ ਰਹਾਂਗੇ ਨਿਤਿਸ਼ ਕੁਮਾਰ ਐਨ ਡੀ ਆ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਹੀ ਦੇ ਲਿਗੇ ਨੇ ਪਰ ਇਹ ਤਸਵੀਰ ਕੁਝ ਹੋਰ ਹੀ ਬਿਆਨ ਕਰਦੀ ਹੈ ਹਾਲਾਂਕਿ ਕੁਝ ਜਾਣਕਾਰੀ ਵੀ ਕਹਿੰਦੇ ਨੇ ਕਿ ਨਿਤਿਸ਼ ਨੇ ਜਾਣਬੁੱਝ ਕੇ ਤਸਵੀਰ ਵਾਇਰਲ ਕੀਤੀ ਹੋ ਸਕਦੀ ਹੈ ਕਿਉਂਕਿ ਉਹ ਕੇਂਦਰ ਦੀ ਕੈਬਨਿਟ ਦੇ ਵਿੱਚ ਵੱਧ ਥਾਂ ਤੇ ਚੰਗਾ ਮੰਤ్రਾਲਾ ਚਾਹੁੰਦੇ ਨੇ ਬਿਹਾਰ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਨੇ ਉਹਨਾਂ ਨੂੰ ਲੈ ਕੇ ਵੀ ਨਿਤਿਸ਼ ਦਾ ਹੱਥ ਉੱਤੇ ਹੋਇਆ ਕਿਉਂਕਿ ਭਾਜਪਾ ਨੂੰ ਆਪਣੇ ਦਮ ਤੇ ਬਹੁਮਤ ਨਹੀਂ ਮਿਲਿਆ ਐਨਡੀਏ ਦੇ ਵਿੱਚ 15 ਸੀਟਾਂ ਦੇ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਚੰਦਰਬਾਬੂ ਨਾਇਡੂ ਦੀ TDP ਹੈ ਕਿ ਆਸ ਲਾਈ ਜਾ ਰਹੇ ਨੇ ਕਿ ਨਾਇਡੂ ਵੀ ਪਲਟੀ ਮਾਰ ਸਕਦੇ ਨੇ ਹਾਲਾਂਕਿ ਉਹਨਾਂ ਨੇ ਵੀ ਸਾਫ਼ ਕੀਤਾ ਹੈ ਕਿ ਉਹ ਐਨਡੀਏ ਦੇ ਵਿੱਚ ਹੀ ਹਣਗੇ ਤੇ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ 4 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 32 ਮਿੰਟ ਦੇ ਸੰਬੋਧਨ 'ਚ ਕਿਹਾ ਸੀ ਕਿ 1962 ਤੋਂ ਬਾਅਦ ਪਹਿਲੀ ਵਾਰੀ ਕੋਈ ਸਰਕਾਰ ਆਪਣੇ ਦੋ ਕਾਰਜਕਾਲ ਪੂਰੇ ਕਰਨ ਤੋਂ ਬਾਅਦ ਤੀਜੀ ਵਾਰੀ ਵਾਪਸ ਆਈ ਹੈ ਤੇ ਹੁਣ ਕਾਂਗਰਸ ਨੇ ਉਸ ਦਾ ਜਵਾਬ ਦਿੱਤਾ ਹੈ ਤੇ ਹੁਣ ਕਾਂਗਰਸ ਨੇ ਇਸ ਦਾ ਜਵਾਬ ਦਿੱਤਾ ਹੈ ਕਾਂਗਰਸ ਦੇ ਸੀਨੀਅਰ ਲੀਡਰ ਜਾਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣਾ ਸੁੰਗੜਿਆ ਹੋਇਆ ਸੀਨਾ ਠੋਕ ਕੇ ਬੋਲ ਰਹੇ ਨੇ ਕਿ 1962 ਤੋਂ ਬਾਅਦ ਪਹਿਲੀ ਵਾਰੀ ਕੋਈ ਸਰਕਾਰ ਲਗਾਤਾਰ ਤੀਜੀ ਵਾਰ ਨਹੀਂ ਚੁਣੀ ਗਈ ਪਰ ਕਹਿੰਦੇ ਇਤਿਹਾਸ ਦੇ ਅੰਕੜੇ ਜੇ ਪੜੋਗੇ ਤਾਂ ਪਤਾ 364 ਸੀਟਾਂ 57 ਦੇ ਵਿੱਚ 377 ਤੇ 62 ਦੇ ਵਿੱਚ 364 ਸੀਟਾਂ ਦੇ ਨਾਲ ਪ੍ਰਧਾਨ ਮੰਤਰੀ ਚੁਣੇ ਗਏ ਸਨ ਗੱਠਜੋੜ ਨਾਲ ਨਹੀਂ ਬਲਕਿ ਆਪਣੀ ਪਾਰਟੀ ਦੀ ਮੁਕੰਮਲ ਜਿੱਤ ਨਾਲ ਜੁੜੇ ਚੁਣੇ ਗਏ ਸਨ ਜਦ ਕਿ ਨਰਿੰਦਰ ਮੋਦੀ ਨੂੰ ਕਹਿੰਦੇ ਐ ਕਿ 240 ਸੀਟਾਂ ਹੀ ਮਿਲੀਆਂ ਨੇ ਇੰਡੀਆ ਗਾਠਜੋੜ ਦੇ ਵਿੱਚ ਸ਼ਾਮਲ ਪਾਰਟੀਆਂ ਦੇ ਵੱਲੋਂ ਵੀ ਆਪਣੀ ਅਹਿਮ ਬੈਠਕ ਦੇ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਣ ਦੀ ਜਾਣਕਾਰੀ ਮਿਲੀ ਮੀਟਿੰਗ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰ ਜਨ ਖੜਗੇ ਦੇ ਘਰੇ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ ਲੰਘੇ ਦਿਨ ਜਦੋਂ ਪ੍ਰੈਸ ਕਾਨਫਰੰਸ ਦੌਰਾਨ ਖੜਗੇ ਨੂੰ ਸਰਕਾਰ ਬਣਾਉਣ ਵਾਲੇ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜੇ ਅੱਜ ਹੀ ਰਣਨੀਤੀ ਦੱਸ ਦਿੱਤੀ ਤਾਂ ਮੋਦੀ ਸਰਕਾਰ ਹੁਸ਼ਿਆਰ ਹੋ ਜਾਊਗੀ ਰਾਹੁਲ ਗਾਂਧੀ ਨੇ ਵੀ ਕਿਹਾ ਸੀ ਕਿ ਫੈਸਲਾ ਇੰਡੀਆ ਗਾਠਜੋੜ ਦੀ ਮੀਟਿੰਗ ਦੇ ਵਿੱਚ ਹੀ ਹੋਵੇਗਾ ਹਾਲਾਂਕਿ ਸੰਭਾਵਨਾ ਜ਼ਿਆਦਾ ਇਹੀ ਹੈ ਕਿ ਇੰਡੀਆ ਗਾਠਜ ਕੇ ਵਿਰੋਧੀ ਧਿਰ ਕਮਜ਼ੋਰ ਨਹੀਂ ਬਲਕਿ ਮਜ਼ਬੂਤ ਹੋਵੇਗਾ ਨਤੀਜਿਆਂ ਦੇ ਵਿੱਚ ਇੰਡੀਆ ਗੱਟ ਚੋੜ ਨੂੰ 204 ਸੀਟਾਂ ਮਿਲੀਆਂ ਨੇ ਸਰਕਾਰ ਬਣਾਉਣ ਦੇ ਲਈ 272 ਸੀਟਾਂ ਦੀ ਲੋੜ ਹੈ ਟੀਐਮਸੀ ਦੀਆਂ 29 ਨਾਲ ਟੀਡੀਪੀ ਅਤੇ ਜੀਡੀਯੂ ਯਾਨੀ ਕਿ ਨਿਤਿਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੀ ਪਾਰਟੀ ਦੀਆਂ ਸੀਟਾਂ ਵੀ ਚਾਹੀਦੀਆਂ ਹੋਣਗੀਆਂ ਇਹਨਾਂ ਦੀ ਹਮਾਇਤ ਵੀ ਜ਼ਰੂਰੀ ਹੋਵੇਗੀ ਪਹਿਲਾਂ ਖਬਰ ਆ ਰਹੀ ਸੀ ਕਿ ਸ਼ਰਦ ਪਵਾਰ ਨੇ ਚੰਦਰਬਾਬੂ ਨਾਇਡੂ ਤੇ ਨਿਤਿਸ਼ ਕੁਮਾਰ ਦੇ ਨਾਲ ਗੱਲ ਕੀਤੀ ਹੈ ਪਰ ਉਹਨਾਂ ਨੇ ਫਿਰ ਸਪਸ਼ਟ ਕਰ ਦਿੱਤਾ ਕਿ ਮੈਂ ਕੋਈ ਗੱਲ ਨਹੀਂ ਕੀਤੀ ਇੰਡੀਆ ਗੱਠਜੋੜ ਦੀ ਮੀਟਿੰਗ ਤੋਂ ਬਾਅਦ ਜੇ ਕੋਈ ਫੈਸਲਾ ਹੁੰਦਾ ਹੈ ਤਾਂ ਕਹਿੰਦੇ ਮੈਂ ਗੱਲ ਕਰਨ ਦੇ ਲਈ ਤਿਆਰ ਹਾਂ ਹਾਲ ਫਿਲਹਾਲ ਦੀ ਘੜੀ ਦੋਵਾਂ ਨੇ ਐਨਡੀਆ ਨਾ ਛੱਡਣ ਦਾ ਫੈਸਲਾ ਲਿਆ ਇਸ ਲਈ ਹਜ਼ਰਾਨ ਇੰਡੀਆ ਗੱਠਜੋੜ ਦੇ ਲਈ ਸਰਕਾਰ ਬਣਾਉਣੀ ਮੁਸ਼ਕਿਲ ਹੈ ਬੀਜੇਪੀ ਅਤੇ ਪ੍ਰਧਾਨ ਮੰਤਰੀ ਦਾ ਜਿਸ ਤਰ੍ਹਾਂ 462 ਦਾ ਨਾਹਰਾ ਫੇਲ ਸਾਬਿਤ ਹੋਇਆ ਉਸ ਤੋਂ ਬਾਅਦ ਵਿਰੋਧੀ ਧਿਰ ਵਿੱਚ ਬੈਠਣ ਦੀ ਤਿਆਰੀ ਕਰ ਰਹੀ ਕਾਂਗਰਸ ਨੂੰ ਆਪਣੀ ਹਾਰ ਦੇ ਵਿੱਚ ਵੀ ਜਿੱਤ ਨਜ਼ਰ ਆ ਰਹੀ ਹੈ 10 ਸਾਲਾਂ ਬਾਅਦ ਮੁੜ ਤੋਂ ਵਿਰੋਧੀ ਧਿਰ ਮਜ਼ਬੂਤੀ ਦੇ ਨਾਲ ਸਰਕਾਰ ਦੇ ਖਿਲਾਫ ਲੋਕ ਸਭਾ ਅਤੇ ਦੇਸ਼ ਦੀ ਸਿਆਸਤ ਦੇ ਵਿੱਚ ਨਜ਼ਰ ਆਵੇਗੀ ਇਸ ਦਾ ਅੰਦਾਜ਼ਾ ਰਾਹੁਲ ਗਾਂਧੀ ਦੇ ਟਵੀਟ ਤੋਂ ਲੱਗਦਾ ਹੈ ਕਿ ਹਨ ਭਾਰਤ ਦੀ ਜਨਤਾ ਨੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾ ਲਿਆ ਹੈ ਦੇਸ਼ ਵਿੱਚ ਗਰੀਬ ਆਬਾਦੀ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਇੰਡੀਆ ਗੱਠਜੋੜ ਦੇ ਨਾਲ ਖੜੀ ਹੈ ਗੱਠਜੋੜ ਦੇ ਸਾਰੇ ਸਾਥੀਆਂ ਤੇ ਕਾਂਗਰਸ ਦੇ ਬੱਬਰ ਸ਼ੇਰ ਵਰਕਰਾਂ ਨੂੰ ਵਧਾਈ ਪ੍ਰਿਆੰਕਾ ਗਾਂਧੀ ਨੇ ਵੀ ਆਪਣੇ ਭਰਾ ਰਾਹੁਲ ਗਾਂਧੀ ਲਈ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਪੋਸਟ ਪਾਉਂਦਿਆਂ ਲਿਖਿਆ ਕਿ ਤੁਸੀਂ ਖੜੇ ਰਹੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤੁਹਾਡੇ ਨਾਲ ਕੀ ਕੀਤਾ ਕੀ ਕਿਹਾ ਤੁਸੀਂ ਕਦੇ ਵੀ ਵਿਰੋਧੀ ਹਾਲਾਤਾਂ ਦੇ ਵਿੱਚ ਪਿੱਛੇ ਨਹੀਂ ਹਟੇ ਤੁਸੀਂ ਵਿਸ਼ਵਾਸ ਕਰਨਾ ਕਦੇ ਨਹੀਂ ਛੱਡਿਆ ਭਾਵੇਂ ਹੀ ਉਹਨਾਂ ਨੇ ਤੁਹਾਡੇ ਤੇ ਤੁਹਾਡੇ ਵਿਸ਼ਵਾਸ ਤੇ ਜਿੰਨਾ ਵੀ ਜ਼ਰਾ ਜਿੰਨਾ ਵੀ ਸ਼ੱਕ ਨਾ ਕੀਤਾ ਕਿਉਂ ਨਾ ਕੀਤਾ ਹੋਵੇ ਉਨ੍ਹਾਂ ਦੇ ਝੂਠ ਅਤੇ ਜ਼ਬਰਦਸਤ ਪ੍ਰਚਾਰ ਦੇ باوجود ਵੀ ਕਹਿੰਦੇ ਤੁਸੀਂ ਸੱਚਾਈ ਦੇ ਨਾਲ ਲੜਦੇ ਰਹੇ ਇੱਕ ਭੈਣ ਨੇ ਆਪਣੇ ਭਰਾ ਦੀ ਤਾਰੀਫ਼ ਦੇ ਵਿੱਚ ਲਿਖਿਆ ਹੈ ਅਦਰ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵਿੰਦਰ ਫੜਨ ਨਵੀਸ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਮਹਾਰਾਸ਼ਟਰ ਦੇ ਵਿੱਚ ਕਾਂਗਰਸ ਨੇ ਸਭ ਤੋਂ ਵੱਧ 13 ਸੀਟਾਂ ਜਿੱਤੀਆਂ ਨੇ, ਸਹਿਯੋਗੀ ਸ਼ਿਵ ਸੈਨਾ ਯੂਬੀਟੀ ਨੇ 9 ਸੀਟਾਂ, ਰਾਸ਼ਟਵਾਦੀ ਕਾਂਗਰਸ ਪਾਰਟੀ ਆਰਸੀਪੀਐਸਸੀ ਨੇ 8 ਸੀਟਾਂ ਜਿੱਤੀਆਂ ਨੇ ਜਦਕਿ ਭਾਜਪਾ ਦੇ ਖਾਤੇ ਸਿਰਫ 9 ਸੀਟਾਂ ਆਈਆਂ ਨੇ ਤੇ ਉਹਨਾਂ ਦੀ ਸਹਿਯੋਗੀ ਸ਼ਿਵ ਸੈਨਾ ਨੂੰ 7 ਤੇ ਐਨਸੀਪੀ ਨੂੰ 1 ਸੀਟ ਤੇ ਸਫਲਤਾ ਮਿਲੀ ਹੈ। ਦਵਿੰਦਰ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹੁ ਕਿਉਂਕਿ ਉਹ ਪਾਰਟੀ ਦੇ ਵਿੱਚ ਹੁਣ ਕੰਮ ਕਰਨਾ ਚਾਹੁੰਦੇ ਹੈ ਉਹ ਹੁਣ ਸੀਐਮ ਨਹੀਂ ਰਹਿਣਾ ਚਾਹੁੰਦੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਜੇਲ੍ਹ ਦੇ ਵਿੱਚ ਰਹਿੰਦੇ ਅਮਰਿਤਪਾਲ ਸਿੰਘ ਦੇ ਵੱਲੋਂ ਪੰਜਾਬ ਦੇ ਵਿੱਚ ਖਡੂਰ ਸਾਹਿਬ ਸੀਟ ਤੋਂ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਨਜ਼ਰਾਂ ਡਿਬਰੂਗੜ੍ਹ ਜੇਲ੍ਹ ਤੇ ਟਿਕੀਆਂ ਨੇ ਨਤੀਜਿਆਂ ਤੋਂ ਇੱਕ ਦਿਨ ਬਾਅਦ ਅਮਰਿਤਪਾਲ ਸਿੰਘ ਦੇ ਵਕੀਲ ਰਾਜਦੀਪ ਸਿੰਘ ਖਾਲਸਾ ਉਹਨਾਂ ਦੀ ਪਤਨੀ ਕਿਰਨਦੀਪ ਕੌਰ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ ਦੋਵਾਂ ਦੀ ਅਮਰਿਤਪਾਲ ਦੇ ਨਾਲ ਕਰੀਬ ਅੱਧਾ ਇੱਕ ਘੰਟਾ ਮੁਲਾਕਾਤ ਹੋਈ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅਸੀਂ ਅਮਰਿਤਪਾਲ ਸਿੰਘ ਨੂੰ ਜਾਣਕਾਰੀ ਦੇਣ ਲਈ ਗਏ ਸੀ ਕਿ ਤੁਸੀਂ ਜਿੱਤ ਗਏ ਹੋ ਇਸ ਤੋਂ ਬਾਅਦ ਅਗਲੀ ਰਣਨੀਤੀ ਬਣਾਵਾਂਗੇ ਰਾਜਦੇਵ ਸਿੰਘੀ ਉਹ ਸ਼ਖਸ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਚੋਣ ਲੜਨ ਦਾ ਐਲਾਨ ਕੀਤਾ ਸੀ ਮਾਪਿਆਂ ਨੂੰ ਵੀ ਨਹੀਂ ਪਤਾ ਸੀ ਹਾਲਾਂਕਿ ਅਕਾਲੀ ਦਲ ਨੇ ਰਾਜਦੇਵ ਸਿੰਘ ਤੇ ਆਰਐਸਐਸ ਨਾਲ ਜੁੜੇ ਹੋਣ ਦਾ ਇਲਜ਼ਾਮ ਲਾਇਆ ਸੀ ਪਰ ਉਹਨਾਂ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ 99 ਦੇ ਵਿੱਚ ਰਾਜਦੇਵ ਸਿੰਘ ਖਾਲਸਾ ਨੇ ਖੁਦ ਸੰਗਰੂਰ ਹਲਕੇ ਤੋਂ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਦੇ ਟਿਕਟ ਤੇ ਚੋਣ ਜਿੱਤੀ ਸੀ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦੀ ਵੱਡੀ ਜਿੱਤ ਤੋਂ ਬਾਅਦ ਹੁਣ ਉਹਨਾਂ ਦੀ ਰਿਹਾਈ ਦੀ ਮੰਗ ਵੀ ਉੱਠਣ ਲੱਗੀ ਹੈ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੁਲਹੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਜਨਤਾ ਦੀ ਅਦਾਲਤ ਵਿੱਚ ਅਮਰਿਤਪਾਲ ਸਿੰਘ ਦੀ ਹੁੰਜਾ ਫੇਰ ਜਿੱਤ ਹੋਈ ਹੈ ਭਗਵੰਤ ਮਾਨ ਹੁਣ ਐਨਐਸਐਸ ਵਾਪਸ ਲੈਣ ਬਿਨਾਂ ਸ਼ਰਤ ਅਮਰਿਤਪਾਲ ਸਿੰਘ ਨੂੰ ਰਿਹਾ ਕਰਨ ਤਾਂ ਕਿ ਉਹ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਆਪਣੇ ਹਲਕੇ ਦੀ ਅਗਵਾਈ ਕਰ ਸਕੇ ਅਮਰਿਤਪਾਲ ਸਿੰਘ ਦੀ ਜਿੱਤ ਇਹ ਵੀ ਸੁਨੇਹਾ ਦਿੰਦੀ ਹੈ ਕਿ ਪੰਜਾਬ ਦੇ ਲੋਕ ਜ਼ਬਰ ਦੇ ਖਿਲਾਫ ਖੜੇ ਹੁੰਦੇ ਨੇ ਸੰਜ ਜਰਨੈਲ ਸਿੰਘ ਪਿੰਡ ਰਾਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੇ ਪੰਜਾਬ ਦੀਆਂ ਦੋ ਲੋਕ ਸਭਾ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਦੇ ਜਿੱਤਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਦੋ ਉਮੀਦਵਾਰ ਪੰਥਕ ਪੰਜਾਬ ਦੀਆਂ ਦੋ ਸੀਟਾਂ ਤੇ ਚੋਣ ਲੜੇ ਸਨ ਅਸੀਂ ਦੋਵਾਂ ਥਾਵਾਂ ਤੇ ਚੋਣ ਪ੍ਰਚਾਰ ਕੀਤਾ ਲੋਕਾਂ ਨੇ ਸਾਨੂੰ ਜਿਤਾਇਆ ਅਕਾਲੀਆਂ ਤੇ ਨਿਸ਼ਾਨਾ ਸਾਧਦੇ ਰੋਡੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੱਖ ਪੰਥ ਨੇ ਅਕਾਲੀ ਦਲ ਨੂੰ ਅਸ਼ੀਰਵਾਦ ਦਿੱਤਾ ਸੀ ਪਰ ਸੁਖਬੀਰ ਸਿੰਘ ਬਾਦਲ ਪੰਥ ਲਈ ਕੁਛ ਨਾ ਕਰ ਸਕੇ ਆਪਣੇ ਹੀ ਧਰਮ ਦੇ ਖਿਲਾਫ ਬੋਲਣ ਲੱਗੇ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਗਾਇਬ ਹੋ ਗਿਆ ਸੁਖ ਕਈ ਤਰ੍ਹਾਂ ਦੇ ਫਤਵੇ ਵੀ ਦਿੱਤੇ ਨੇ ਜਿਹਦੇ ਵਿੱਚ ਕਿਹਾ ਗਿਆ ਕਿ ਅਸੀਂ ਏਜੰਸੀਆਂ ਦੇ ਲੋਕ ਹਾਂ ਕਹਿੰਦੇ ਪਹਿਲਾਂ ਸਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਦਨਾਮ ਕੀਤਾ ਹੁਣ ਸੁਖਵੀਰ ਕਰ ਰਿਹਾ ਹੈ ਇਹਨਾਂ ਦੋਵਾਂ ਨੇ ਕੇਂਦਰ ਸਰਕਾਰ ਨੂੰ ਡਰਾਇਆ ਸੀ ਕਿ ਪੰਜਾਬ ਕਬਾੜ ਦਾ ਸੂਬਾ ਹੈ ਪਰ ਜਦੋਂ ਸੱਤਾ ਸਾਡੇ ਹੱਥਾਂ ਦੇ ਵਿੱਚ ਆ ਗਈ ਹੈ ਅਸੀਂ ਇਮਾਨਦਾਰੀ ਦੇ ਨਾਲ ਇਸ ਦੀ ਵਰਤੋਂ ਕਰਾਂਗੇ ਪਾਰਲੀਮੈਂਟ ਦੇ ਵਿੱਚ ਮੁੱਦੇ ਚੁੱਕਾਂਗੇ ਲੋਕਾਂ ਨੇ ਬਾਦਲ ਪਰਿਵਾਰ ਨੂੰ ਕਹਿੰਦੇ ਨਕਾਰ ਦਿੱਤਾ ਹੈ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਸਿਰਫ ਇੱਕ ਸੀਟ ਹੀ 13 ਦੇ ਵਿੱਚੋਂ ਜਿੱਤ ਸਕੀ ਹੈ ਅਮਰਪਾਲ ਸਿੰਘ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਰਾਸ਼ਿਦ ਸ਼ੇਖ ਨੇ ਵੀ ਜੇਲ੍ਹ ਚ ਰਹਿੰਦੇ ਹੋਏ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ ਰਾਸ਼ਿਦ ਨੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਹੈ ਜਬੂ ਕਸ਼ਮੀਰ ਦੀ ਬਾਰਾਮੂਲਾ ਸੀਟ ਤੇ ਜ਼ਬਰਦਸਤ ਜਿੱਤ ਹਾਸਲ ਕਰਨ ਵਾਲੇ ਉਮੀਦਵਾਰ ਰਾਸ਼ਿਦ ਸ਼ੇਖ ਉਰਫ ਇੰਜੀਨੀਅਰ ਨੂੰ ਕੁੱਲ 469574 ਵੋਟਾਂ ਮਿਲੀਆਂ ਤੇ ਆਪਣੇ ਵਿਰੋਧੀ ਉਮਰ ਅਬਦੁੱਲਾ ਨੂੰ 232073 ਵੋਟਾਂ ਦੇ ਫਰਕ ਨਾਲ ਹਰਾਇਆ ਇਸ ਚੋਣ ਦੇ ਵਿੱਚ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ 268301 ਵੋਟਾਂ ਲੈ ਕੇ ਗਏ ਨੇ ਉਮਰ ਅਬਦੁੱਲਾ ਨੇ ਆਪਣੀ ਹਾਰ ਵੀ ਸਵੀਕਾਰ ਕੀਤੀ ਪੰਜਾਬ ਦੀ ਸਭ ਤੋਂ ਦਿਲਚਸਪ ਸੀਟ ਵਜੋਂ ਉਬਰੀ ਖਡੂਰ ਸਾਹਿਬ ਤੇ ਪੁਲਿਸ ਵਾਲਿਆਂ ਨੇ ਵੀ ਜਿਹੜਾ ਹੈਗਾ ਜਿੱਤ ਹਾਰ ਦੀ ਸ਼ਰਤ ਲਾਈ ਸੀ ਤੇ ਅਮਰਿਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਉਹ ਉਹਨਾਂ ਦੇ ਜਿੱਤਣ ਦੇ ਦਾਅਵੇ ਕਰਨ ਵਾਲੇ ਪੁਲਿਸ ਕਰਮੀ ਨੂੰ ਹਾਰਨ ਦੇ ਦਾਅਵੇ ਕਰਨ ਵਾਲੇ ਪੁਲਿਸ ਪੁਲਿਸ ਕਰਮੀ ਤੋਂ ਜਿਹੜਾ ਹੈਗਾ 10000 ਰੁਪਏ ਮਿਲੇ ਵਾਇਰਲ ਵੀਡੀਓ ਵਿੱਚ 7 ਤੋਂ 8 ਪੁਲਿਸ ਕਰਮਚਾਰੀ ਸਿਵਲ ਕੱਪੜਿਆਂ 'ਚ ਨਜ਼ਰ ਆਉਂਦੇ ਨੇ ਪੈਸਿਆਂ ਦਾ ਲੈਣ-ਦੇਣ ਕਰਨ ਵਾਲੇ ਦੋਵੇਂ ਵਿਅਕਤੀ ਐਸਆਈ ਰੈਂਕ ਦੇ ਅਧਿਕਾਰੀ ਹਨ ਅਤੇ ਵੀਡੀਓ ਬਣਾਉਣ ਵਾਲੇ ਨੇ ਵੀ ਇਸ ਸ਼ਰਤ ਬਾਰੇ ਹੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਕਿ ਵੀਡੀਓ ਲੀਕ ਨਾ ਕੀਤੀ ਜਾਵੇ ਵੀਡੀਓ ਬਣਾਉਣ ਵਾਲੇ ਨੇ ਸਾਫ਼ ਕਿਹਾ ਕਿ ਅੱਜ ਦਾ ਦਿਨ ਬਹੁਤ ਚੰਗਾ ਭੁਪਿੰਦਰ ਸਿੰਘ ਜੀ 10000 ਰੁਪਏ ਦੇ ਜੇਤੂ ਰਹੇ ਨੇ ਅਮਰਿਤਪਾਲ ਸਿੰਘ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਬਹੁਤ ਬੁਰੀ ਤਰ੍ਹਾਂ ਨਾਲ ਹਾਰ ਕੇ 10000 ਰੁਪਏ ਦੇ ਰਹੇ ਨੇ ਇੰਡੀਆ ਗੱਟਜੋੜ ਵਿੱਚ ਸ਼ਾਮਲ ਹੋਣ ਦੇ ਕਥਿਤ ਇਲਜ਼ਾਮਾਂ ਦਰਮਿਆਨ ਆ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਾਡਾ ਵੋਟ ਫੀਸਦ ਵਧਿਆ ਹੈ ਪੰਜਾਬ ਤੋਂ ਰਾਸਵਾ ਐਮਪੀ ਸੰਦੀਪ ਪਾਠਕ ਨੇ ਕਿਹਾ ਕਿ 2019 ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ 7% ਦੀ ਵੋਟ ਸ਼ੇਅਰ ਮਿਲਿਆ ਸੀ ਪੰਜਾਬ 'ਚ ਸਾਨੂੰ ਪਿਛਲੀ ਵਾਰੀ ਇੱਕ ਸੀਟ ਆਈ ਸੀ ਇਸ ਵਾਰੀ ਤਿੰਨ ਸੀਟਾਂ ਮਿਲੀਆਂ ਨੇ ਹਰਿਆਣਾ ਦੇ ਵਿੱਚ ਅਸੀਂ ਗੱਟ ਜੋੜ ਵਿੱਚ ਲੜੇ ਕੁਰੂਕhetra ਦੇ ਵਿੱਚ ਸਾਡਾ ਉਮੀਦਵਾਰ ਬਹੁਤ ਥੋੜੇ ਵੋਟਾਂ ਦੇ ਫਰਕ ਨਾਲ ਹਾਰਿਆ ਹੈ ਯਾਨੀ ਕਿ ਆਵਾਦਮੀ ਪਾਰਟੀ ਨੂੰ ਆਪਣੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ ਵਧਣ ਦੀ ਪੂਰੀ ਪੂਰੀ ਆਸ ਹੈ ਲੋਕ ਸਭਾ ਕੇ नतीजे आ चुके हैं और नतीजा अब पूरे देश के सामने है पूरे देश ने स्पष्ट कर दिया है कि किसी भी तरह की तानाशाही और गुंडागर्दी ये देश बर्दाश्त नहीं करेगा ये पूरा चुनाव नरेंद्र मोदी जी वर्सेस इंडिया गठबंधन के बीच में लड़ा गया अगर आप नतीजे देखेंगे तो नरेंद्र मोदी जी की पार्टी को भारतीय जनता पार्टी को पिछली बार से तिरसठ सीटें कम मिली है और भारतीय जनता पार्टी की बहुमत भी नहीं आ पाई दूसरी तरफ इंडिया गठबंधन को आप देखेंगे कि इतने कठिन परिस्थितियों के बावजूद जहां कई मुख्यमंत्रियों को जेल में डाले गया कई लोगों के ऊपर रेड कराई गई सारी एजेंसियों को अपने कब्जे में करने के बावजूद इंडिया गठबंधन ने बहुत अच्छा परफॉर्म किया है तो इससे ये स्पष्ट हो गया है कि इस देश की जनता कभी भी कॉन्स्टिट्यूशन के खिलाफ अगर कोई खिलवाड़ करे तो उसको बर्दाश्त नहीं करेगी आम आदमी पार्टी की अगर बात करें तो ये चुनाव हम डे वन से ये कह रहे थे कि हम हम इम्पोर्टेंट नहीं है आम आदमी पार्टी इंपॉर्टेंट नहीं है देश इम्पोर्टेंट है हम इसी भावना के साथ गठबंधन में भी आए और गठबंधन में रहते हुए भी اپنی جی جان لگا دی ਭਾਵੇਂ ਆਮ ਆਦਮੀ ਪਾਰਟੀ ਦਾ ਵੋਟシェア ਪਿਛਲੇ ਲੋਕ ਸਭਾ ਚੋਣਾਂ ਦੇ ਮੁਕਾਬਲੇ ਵਧਿਆ ਪਰ ਲੋਕ ਸਭਾ ਸੀਟਾਂ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖ ਕੇ ਜੇ ਦੇਖਿਆ ਜਾਵੇ ਵੰਡ ਲਈਏ ਵਿਧਾਨ ਸਭਾ ਦੀਆਂ ਸੀਟਾਂ ਦੇ ਵਿੱਚ ਇਹਨਾਂ ਨੂੰ ਤਾਂ ਭਗਵੰਤ ਮਾਨ ਸਰਕਾਰ ਡਿੱਗਦੀ ਨਜ਼ਰ ਆਈ ਹੈ 2027 ਦੇ ਵਿੱਚ ਲੋਕ ਸਭਾ ਵਿੱਚ ਹੋਈ VOTING ਮੁਤਾਬਿਕ 117 ਵਿਧਾਨ ਸਭਾ ਹਲਕਿਆਂ ਵਿੱਚ ਸਭ ਤੋਂ ਵੱਧ ਹਲਕੇ ਕਾਂਗਰਸ ਨੇ ਹੀ ਜਿੱਤੇ ਨੇ 38 ਜਿੱਤੇ ਨੇ ਦੂਸਰੇ ਨੰਬਰ ਤੇ 32 ਸੀਟਾਂ ਨਾਲ ਆਪ ਰਹੀ ਹੈ ਜਦਕਿ BJP ਨੇ ਸ਼ਾਨਦਾਰ ਆਪਣੇ ਦਮ ਤੇ 23 ਵਿਧਾਨ ਸਭਾ ਹਲਕੇ ਜਿੱਤ ਲਏ ਨੇ ਕਾਲੀ ਦਲ ਦੇ ਖਾਤੇ ਵਿੱਚ 9 ਸੀਟਾਂ ਗਈਆਂ ਜਦਕਿ ਆਜ਼ਾਦ ਉਮੀਦਵਾਰ 15 ਸੀਟਾਂ ਜਿੱਤਿਆ ਹੈ ਸੋ ਸਾਫ ਹੈ ਜੇ ਹੁਣ ਪੰਜਾਬ ਚ ਵਿਧਾਨ ਸਭਾ ਚੋਣਾਂ ਹੋ ਤੱਕ ਕਿਸੇ ਨੂੰ ਵੀ ਬਹੁਮਤ ਨਹੀਂ ਮਿਲੇਗਾ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਾਇਆ ਕਿ ਕੇਂਦਰ ਅਤੇ ਭਗਵੰਤ ਮਾਨ ਨੇ ਮਿਲ ਕੇ ਉਹਨਾਂ ਦੇ ਬੰਦੇ ਤੋੜੇ ਕਹਿੰਦੇ ਭਗਵੰਤ ਮਾਨ ਕੇਜਰੀਵਾਲ ਦੀ ਥਾਂ ਗ੍ਰਹਿ ਮੰਤਰੀ ਅਲਿ ਪ੍ਰਤੀ ਵਫਾਦਾਰ ਨਹੀਂ ਹਨ ਲੁਧਿਆਣਾ ਦੇ ਨਤੀਜਿਆਂ ਨੇ ਇੱਕ ਵੱਖਰੀ ਛਾਪ ਛੱਡੀ ਹੈ ਕਿਉਂਕਿ ਇਸ ਜ਼ਿਲ੍ਹੇ ਨੇ ਇਸ ਵਾਰ ਲੋਕ ਸਭਾ ਦੇ ਵਿੱਚ ਆਪਣੇ ਤਿੰਨ ਸੰਸਦ ਮੈਂਬਰ ਭੇਜੇ ਨੇ ਭਾਵੇਂ ਕਿ ਲੁਧਿਆਣਾ ਤੋਂ ਮੁਖਸਰ ਸਾਹਿਬ ਦੇ ਉਮੀਦਵਾਰ ਰਾਜਾ ਵੜਿੰਗ ਨੇ ਚੋਣ ਜਿੱਤੀ ਹੈ ਪਰ ਇਸ ਨਾਲ ਸੰਬੰਧ ਰੱਖਦੇ ਉਮੀਦਵਾਰ ਹੋਰ ਸੀਟਾਂ ਤੋਂ ਜੋ ਜਿੱਤਣ ਵਿੱਚ ਕਾਮਯਾਬ ਹੋਏ ਨੇ ਅਮੇਠੀ ਤੋਂ ਕਾਂਗਰਸ ਦੀ ਸੀਟ ਤੇ ਚੋਣ ਲੜੇ ਕਿਸ਼ੋਰੀ ਲਾਲ ਸ਼ਰਮਾ ਮਨੀਸ਼ ਦਿਵਾਲੀ ਤੇ ਡਾਕਟਰ ਅਮਰ ਸਿੰਘ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ ਕਿਸ਼ੋਰੀ ਲਾਲ ਸ਼ਰਮਾ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਨੇ ਡਾਕਟਰ ਅਮਰ ਸਿੰਘ ਰਾਏਕੋਟ ਦੇ ਰਹਿਣ ਵਾਲੇ ਨੇ यूपी ਤੋਂ ਲੋਕ ਸਭਾ ਚੋਣਾਂ ਦੇ ਵਿੱਚ ਅੱਧੀ ਦਰਜਨ ਜੇਤੂਆਂ 'ਚੋਂ ਨਵੇਂ ਚਿਹਰੇ ਸ਼ਾਮਲ ਨੇ ਜੋ ਕਿ ਇੱਕ ਵੱਡਾ ਬਦਲਾ ਮੰਨਿਆ ਜਾ ਰਿਹਾ ਹੈ ਨਵੇਂ ਬਣੇ ਸੰਸਦ ਮੈਂਬਰ ਚੰਗੇ ਪੜੇ ਲਿਖੇ ਨੇ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਦੇ ਨੇ ਨਾਮਵਰ ਸੰਸਥਾਵਾਂ ਦੀਆਂ ਡਿਗਰੀਆਂ ਉਹਨਾਂ ਕੋਲ ਨੇ 25 ਸਾਲ ਦੇ ਪੁਸ਼ਪਿੰਦਰ ਸਰੋਜ ਸ਼ਾਇਦ ਸਭ ਤੋਂ ਘਾਟੋਮਤ ਦੇ ਲੋਕ ਸਭਾ ਮੈਂਬਰ ਨੇ ਲੰਡਨ ਤੋਂ ਡਿਗਰੀ ਪ੍ਰਾਪਤ ਕਰਕੇ ਇਸ ਉਮੀਦਵਾਰ ਨੇ ਸਮਾਜਵਾਦੀ ਪਾਰਟੀ ਦੀ ਟਿਕਟ ਤੇ ਕੋਸਾਂਬੀ ਤੋਂ ਚੋਣ ਲੜੀ ਅਤੇ 1,03,000 ਵੋਟਾਂ ਦੇ ਫਰਕ ਨਾਲ ਜਿੱਤੀ ਉਹਨਾਂ ਨੇ ਭਾਜਪਾ ਦੇ ਦੋਵਾਂ ਵਿਧਾਇਕ ਸੰਸਦ ਮੈਂਬਰ ਵਿਨੋਦ ਸੋਨਕਰ ਨੂੰ ਹਰਾਇਆ ਵੋਟਰਾਂ ਵੱਲੋਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਈ ਸਿਤਾਰਿਆਂ ਤੇ ਭਰੋਸਾ ਪ੍ਰਗਟਾਇਆ ਗਿਆ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਜਿੱਤਾਂ 'ਚ ਕਾਮਯਾਬ ਵੀ ਰਹੇ ਨੇ ਹਿਮਾ ਮਾਲਨੀ ਤੇ ਮਨੋਜ ਦਿਵਾੜੀ ਤੋਂ ਇਲਾਵਾ ਕੰਗਣਾ ਰਣੌਤ ਤੇ ਅਰुण ਗੋਇਲ ਦਾ ਨਾਮ ਵੀ ਸ਼ਾਮਿਲ ਹੈ